ਤੇ ਉਹ ਗੁੰਡਾ ਏ ਜਿਹਨੇ ਕਿਹਾ ਸੀ ਕਿਸਾਨ ਵਿਹਲੇ ਆ ਝੰਡੇ ਚੱਕੀ ਫਿਰਦੇ ਆ, ਤੇ ਉਹ ਇਨਸਾਨ ਆ ਜਿਹਨੇ ਕੈਮਰੇ ਸਾਹਮਣੇ ਕਿਹਾ ਸੀ ਕਿ ਕਿਸਾਨ ਵਿਹਲਾ ਝੰਡੇ ਚੱਕੀ ਫਿਰਦੇ ਆ। ਹੁਣ ਮੈਂ ਗੱਲ ਕਰਦਾ ਬਾਈ, ਹੁਣ ਗੱਲ ਸਹੇ ਤੇ ਪੈਸੇ ਦੀ ਨਹੀਂ ਰਹੀ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਹੁਣ ਸਾਡੇ ਵਿੱਚ ਆਹ ਜਿਹੜੇ ਸਾਡੇ ਰੇਹੜੀ ਫੜੀ ਵਾਲੇ ਪੀੜਤ ਲੋਕ ਬੈਠ ਗਏ ਸਾਡੇ ਨਾਲ, ਅਸੀਂ ਜਿੰਨੀ ਦੇਰ ਤੱਕ ਇਹਨਾਂ ਨਾਲ ਵੀ ਧੱਕਾ ਜਿਹੜਾ ਹੋ ਰਿਹਾ ਤੁਹਾਡੀ ਗੁੰਡਾ ਪਰਚੀ ਦੁੱਗਣੀ ਤਿੱਗਣੀ ਕਰਕੇ ਤੁਸੀਂ ਵਸੂਲਦੇ ਆ, ਰੇਟ ਲਿਸਟਾਂ ਤੁਸੀਂ ਪਾੜ ਕੇ ਸੁੱਟਦੀਆਂ, ਪ੍ਰਸ਼ਾਸਨ ਨੇ ਆਪਦੀ ਡਿਊਟੀ ਨਿਭਾਤੀ, ਚਾਰੇ ਗੇਟਾਂ ਤੇ ਸੈਕਟਰੀ ਸਾਹਿਬ ਨੇ ਕਿਹਾ ਮੈਂ ਰੇਟ ਲਿਸਟਾਂ ਲਿਖਾਈਆਂ ਸੀ, ਤੇ ਮੈਂ ਸਾਰੇ ਮੀਡੀਆ ਨੂੰ ਬੇਨਤੀ ਕਰਦਾ ਕਿਸੇ ਵੀ ਗੇਟ ਤੇ ਰੇਟ ਲਿਸਟ ਵਿਖਾਓ ਕਿੱਥੇ ਆ, ਹੈ ਰੇਟ ਲਿਸਟ ਕਿਸੇ ਗੇਟ ਤੇ? ਉਹ ਰੇਟ ਲਿਸਟਾਂ ਬਾਈ ਕਿੱਥੇ ਗਈਆਂ? ਤੁਸੀਂ ਗੁੰਡਾਗਰਦੀ ਬਾਈ ਇਕੱਲੀ ਪਬਲਿਕ ਨਾਲ ਨਹੀਂ ਕਰਦੇ, ਤੁਸੀਂ ਪ੍ਰਸ਼ਾਸਨ ਨਾਲ ਵੀ ਧੱਕਾ ਕਰਦੇ ਹੋ। ਕਿੱਥੇ ਗਈ ਤੁਹਾਡੀ ਰੇਟ ਲਿਸਟ? ਕਿੰਨਾ ਤੁਸੀਂ ਇੱਕ ਮਿੰਟ, ਤੁਹਾਡੀ ਜਿਹੜੀ ਰੇਹੜੀ ਫੜੀ ਦੀ ਪਰਚੀ ਕਿੰਨੀ ਆ ਸਰਕਾਰੀ ਦੱਸੋ, ਸੈਕਟਰੀ ਸਾਹਿਬ ਤੁਸੀਂ ਦੱਸੋ ਕਿੰਨੀ ਰੇਹੜੀ ਫੜੀ ਦੀ ਪਰਚੀ? ਇੱਕ ਇੱਥੇ ਸਾਡੀ ਭੈਣ ਆ ਚਾਹ ਦਾ ਕੰਮ ਕਰਦੀ, ਕਿੱਥੇ ਸਾਡੀ ਭੈਣ? ਚਾਹ ਦਾ ਕੰਮ ਕਰਨ ਵਾਲੀ ਭੈਣ ਭੈਣ ਪਰਚੀਆਂ ਖਾ ਇੱਥੇ, ਆ ਵੇਖੋ ਦੱਸੋ ਰੇਟ ਲੈਸ ਦੱਸੋ। ਤਿੰਨ ਰੁਪਈਆ ਦੀ 15 ਰੁਪਈਆ 70 ਰੁਪਈਏ ਕੱਟਦੀ ਗਈ, 70 ਰੁਪਈਏ ਕੱਟਦੇ ਆ ਇਹ ਗੁੰਡਾ ਟੈਕਸ, 210 ਰੁਪਈਆ ਦੀ ਪਰਚੀ ਪਕੌੜੇ ਦੀ ਰੇੜੀ ਲਾਉਂਦੇ ਆ। ਇੱਕ ਮਿੰਟ, ਆ ਧੱਕਣ ਵਾਲੀ ਰੇੜੀ ਦੀ 30 ਰੁਪਈਆ ਦੀ ਪਰਚੀ ਕੱਟੀ ਗਈ ਮੇਰੇ ਜੁਰਮਾਨਾ ਕਰਕੇ ਇਹਨਾਂ ਦਾ ਠੇਕਾ ਨੀ ਕੈਂਸਲ ਕਰਦੇ, ਅਸੀਂ ਸੰਘਰਸ਼ ਬਾਈ ਇਸੇ ਤਰ੍ਹਾਂ ਲੜਾਂਗੇ। ਇਹ ਕਿਸਾਨਾਂ ਮਜ਼ਦੂਰਾਂ ਦਾ, ਦੁਕਾਨਦਾਰਾਂ ਦਾ, ਰੇਹੜੀ ਫੜੀਆਂ ਦਾ ਸੰਘਰਸ਼ ਆ। ਕਿਉਂ ਵੀ ਸਾਥੀਓ ਹੱਥ ਖੜੇ ਕਰਕੇ ਦੱਸੋ ਵੀ ਤੁਹਾਡੀ ਹੱਥ ਹੁੰਦੀ ਆ? ਲੋਕ ਤਾਂ ਜਿੰਦਾਬਾਦ। ਇਕਬਾਲ ਜੀ, ਇੱਥੇ ਮਾਰਕੀਟ ਕਮੇਟੀ ਦੇ ਬਾਹਰ ਧਰਨਾ ਲਾਇਆ ਕਿ ਰੋਵਾ ਜੀ ਹੈ ਧਰਨਾ? ਸਾਥੀਓ, ਜਦੋਂ ਸਾਡੇ ਇੱਕ ਕਿਸਾਨ ਦਾ ਟਰੈਕਟਰ ਇਸ ਸੜਕ ਉੱਤੋਂ ਦੀ ਲੰਘ ਰਿਹਾ ਸੀ ਤਾਂ ਜਿਹੜੇ ਇਹ ਗੁੰਡਾ ਟੈਕਸ ਵਾਲੇ, ਜਿਹਨੂੰ ਆਪਾਂ ਗੁੰਡਾ ਪਰਚੀ ਦਾ ਨਾਂ ਕਿਉਂ ਦੇਣਾ ਪਿਆ, ਤਾਂ ਇਸ ਟਰੈਕਟਰ ਟਰਾਲੀ ਵਾਲੇ ਵੀਰ ਨੂੰ ਰੋਕ ਲਿਆ ਗਿਆ। ਕਹਿੰਦੇ ਵੀ ਤੇਰੀ ਟਰੈਕਟਰ ਟਰਾਲੀ ਇੱਥੋਂ ਦੀ ਨਹੀਂ ਲੰਘ ਸਕਦੀ, ਇਹਦੇ ਵਿੱਚ ਮਿੱਟੀ ਲੱਦੀ ਆ। ਜਦੋਂ ਪੁੱਛਿਆ ਗਿਆ ਵੀ ਬਾਈ ਕਿਉਂ ਨਹੀਂ ਲੰਘ ਸਕਦੇ, ਕਹਿੰਦੇ ਜੇ ਇਸ ਮੰਡੀ ਦੇ ਗੇਟ ਦੇ ਵਿੱਚ ਦੀ ਲੰਘਣਾ ਤੂੰ ਤਾਂ ਇੱਥੋਂ 80 ਰੁਪਈਏ ਦੀ ਪਰਚੀ ਕੱਟੇ ਬਿਨਾਂ ਬਾਈ ਅਸੀਂ ਲੰਘਣ ਨਹੀਂ ਦੇਣਾ। ਉਹਨੇ ਸਾਡੇ ਨੂੰ ਮੈਨੂੰ ਫੋਨ ਕੀਤਾ, ਕਹਿੰਦਾ ਪ੍ਰਧਾਨ ਜੀ ਇਹ ਕਾਹਦੀ ਪਰਚੀ ਹੁੰਦੀ ਆਪਾਂ ਨੂੰ? ਮੈਂ ਕਿਹਾ ਮੇਰੀ ਗੱਲ ਕਰਾ। ਜਦੋਂ ਉਹਨੂੰ ਪੁੱਛਿਆ ਮੈਂ ਕਿਹਾ ਵੀਰੇ ਇਹ ਤਾਂ ਕਿਸਾਨ ਦਾ ਟਰੈਕਟਰ, ਕਿਸਾਨ ਨੂੰ ਕਾਹਦੀ ਪਰਚੀ, ਅਸੀਂ ਤਾਂ ਮੰਡੀ ਦੇ ਵਿੱਚ ਦੀ ਲੰਘਣਾ ਆਉਣਾ ਜਾਣਾ ਹੈ। ਉਹ ਕਹਿੰਦਾ ਵੀ ਮੇਰੇ ਮਾਲਕਾਂ ਦਾ ਹੁਕਮ ਆ
ਕੋਈ ਵੀ ਲੋੜ ਚੀਜ਼ ਜੇ ਇੱਥੋਂ ਸੜਕ ਉੱਤੋਂ ਨਹੀਂ ਲੰਘਦੀ ਤਾਂ ਹਰੇਕ ਦੀ ਪਰਚੀ ਕੱਟਣੀ ਹੈ ਬਾਈ। ਹੁਣ ਮੈਂ ਇਹ ਗੱਲ ਕਰਨਾ ਚਾਹੁੰਦਾ ਪੰਜਾਬ ਸਰਕਾਰ ਅੱਗੇ ਕਿ ਇੱਕ ਰੋਡ ਟੈਕਸ ਤਾਂ ਤੁਸੀਂ ਲੈਂਦੇ ਹੋ ਅਤੇ ਦੂਜਾ ਰੋਡ ਟੈਕਸ ਦੇ ਨਾਂ 'ਤੇ ਗੁੰਡਾ ਟੈਕਸ ਇਹ ਵਸੂਲਦੇ ਆ। ਇਸ ਕਰਕੇ ਜਦੋਂ ਇਹਨਾਂ ਦੇ ਉਸ ਮੁਲਾਜ਼ਮ ਨਾਲ ਮੈਂ ਗੱਲ ਕੀਤੀ ਉਹਨਾਂ ਬਾਈ ਮੈਨੂੰ ਨਹੀਂ ਪਤਾ ਕੌਣ ਬੋਲਦਾ, ਸਾਡੇ ਮਾਲਕਾਂ ਦਾ ਹੁਕਮ ਅਸੀਂ ਨਹੀਂ ਲੰਘਣ ਦੇਣਾ। ਜਦੋਂ ਅਸੀਂ ਇੱਥੇ ਆਏ ਤਾਂ ਇਹਨਾਂ ਦਾ ਮਾਲਕ, ਇਹਨਾਂ ਦਾ ਪਾਲਿਆ ਹੋਇਆ ਇੱਕ ਵੱਡਾ ਗੁੰਡਾ ਜਿਹਦੇ ਲਫ਼ਜ਼ ਮੇਰੇ ਪੱਤਰਕਾਰ ਸਾਹਿਬ ਦੇ ਕੈਮਰੇ ਦੇ ਵਿੱਚ ਵੀ ਕੈਦ ਆ, ਕਹਿੰਦਾ ਕਿਸਾਨ ਤਾਂ ਵਿਹਲੇ ਆ ਝੰਡੇ ਚੱਕ ਕੇ ਆ ਜਾਂਦੇ ਆ। ਤਾਂ ਜਦੋਂ ਬਾਈ ਇੱਥੇ ਅਸੀਂ ਆਵਾਜ਼ ਆਪਦੀ ਰੱਖੀ ਤਾਂ ਜਿੰਨੀਆਂ ਰੇਹੜੀਆਂ ਫੜੀਆਂ ਵਾਲੇ ਆ ਸਾਰੇ ਰੋਂਦੇ ਹੋਏ, ਮੇਰੇ ਵੀਰ ਪਰਦੇਸੀ ਆ, ਕੁਛ ਪੰਜਾਬੀ ਆ, ਕਿਰਤੀ ਲੋਕ ਆ, ਇਕੱਠੇ ਹੋ ਕੇ ਇੱਥੇ ਆ ਗਏ। ਇੱਕ ਮੇਰੀ ਭੈਣ ਦੀ ਚਾਰੀ ਰੇਹੜੀ ਆ ਨਿੱਕੀ ਜੀ, ਜਿਹੜੀ ਧੱਕ ਕੇ ਲਿਜਾਂਦੀ 3 ਪਹੀਆਂ ਵਾਲੀ, ਜਿਹਦਾ ਸਰਕਾਰੀ ਰੇਟ ਸਾਥੀਓ ਸਿਰਫ 15 ਰੁਪਈਏ ਆ ਪਰਚੀ ਦਾ, ਪਰ ਆ ਵੇਖੋ 80 ਰੁਪਈਏ ਦੀ ਪਰਚੀ ਨਿੱਤ ਕੱਟਦੇ ਉਹਦੀ, 80-80 ਰੁਪਈਏ ਦੀ 15 ਰੁਪਈਆਂ ਵਾਲੀ ਚੀਜ਼ ਦੇ 80-80 ਲੈਂਦੇ ਆ। ਕਿੱਡਾ ਵੱਡਾ ਇਸ ਝਾੜੂ ਵਾਲੀ ਸਰਕਾਰ ਜਿਹੜਿਆਂ ਦੇ ਅਸੀਂ ਬਦਲ ਲਿਆਵਾਂਗੇ, ਉਸ ਸਰਕਾਰ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਰੇਹੜੀ ਫੜੀ ਵਾਲਿਆਂ ਨਾਲ ਧੱਕਾ ਹੋ ਰਿਹਾ। ਇਸ ਧੱਕੇ ਦੇ ਖਿਲਾਫ਼ ਅਸੀਂ ਹੁਣ ਤਹੱਈਆ ਕੀਤਾ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਕਿਸਾਨ ਜਥੇਬੰਦੀ ਆ ਗਈ ਇੱਥੇ, ਤਾਂ ਸਾਥੀਓ ਇਹ ਕਹਿੰਦੇ ਸੀ ਬਾਈ ਲੈ ਜਾਓ ਟਰੈਕਟਰ, ਅਸੀਂ ਮਾਫ਼ੀ ਮੰਗ ਲੈਂਦੇ ਹਾਂ। ਇੱਥੇ ਸਟੇਜ 'ਤੇ ਖੜ੍ਹ ਕੇ ਮਾਫ਼ੀ ਮੰਗੀ ਜਿਹੜਾ ਆਉਂਦਾ ਸੀ ਕਿਸਾਨ ਵਿਹਲੇ ਆ, ਪਰ ਹੁਣ ਅਸੀਂ ਤਹੱਈਆ ਕੀਤਾ ਕਿ ਜਿਹੜੇ ਸਾਡੇ ਆ ਕਿਰਤੀ ਲੋਕ ਖੜ੍ਹੇ ਆ ਰੋਜ਼ ਕਮਾ ਕੇ ਖਾਣ ਵਾਲੇ ਆ, ਅਸੀਂ ਇਹਨਾਂ ਦੀ ਹੁਣ ਅਸੀਂ ਬਾਂਹ ਫੜੀ ਛੱਡਾਂਗੇ ਨਹੀਂ ਬਾਈ। ਅੱਧ ਵਿੱਚ ਰੇਟ ਕੀ ਹੈ, ਸਰਕਾਰੀ ਰੇਟ ਕੀ ਹੈ? ਸਰਕਾਰੀ ਰੇਟ 15 ਰੁਪਈਏ ਆ। ਜਦੋਂ ਇੱਥੋਂ ਦੇ ਸੈਕਟਰੀ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਰੇਟ ਲਿਸਟ ਸਰਕਾਰੀ ਵਿਖਾਈ, ਜਦੋਂ ਸਰਕਾਰੀ ਰੇਟ ਲਿਸਟ ਵਿਖਾਈ ਤਾਂ ਸਰਕਾਰੀ ਰੇਟ ਲਿਸਟ ਦੇ ਵਿੱਚ ਉਹਨਾਂ ਨੇ ਬੋਲ ਕੇ ਦੱਸਿਆ ਕਿ ਪ੍ਰਧਾਨ ਜੀ ਸਿਰਫ 15 ਰੁਪਈਏ ਆ ਰੇਹੜੀ ਜਿਹੜੀ ਧੱਕ ਕੇ ਲਿਜਾਂਦੇ ਹਾਂ। ਪਰ ਜਦੋਂ ਇਹਨਾਂ ਮਤਾਵਾਂ ਭੈਣਾਂ ਵੱਲੋਂ, ਮੇਰੇ ਪਰਦੇਸੀ ਵੀਰਾਂ ਵੱਲੋਂ, ਮੇਰੇ ਪਿੰਡਾਂ ਦੇ ਕਿਰਤੀ ਲੋਕਾਂ ਵੱਲੋਂ ਪਰਚੀਆਂ ਵਿਖਾਈਆਂ ਗਈਆਂ ਤੇ 70-80 ਰੁਪਏ ਦੀ ਪਰਚੀ ਕੱਟੀ ਜਾਂਦੀ ਬਾਈ ਇੱਕ ਦਿਨ ਦੀ। ਇਕਬਾਲ ਜੀ, ਜਿਹੜਾ ਜੀਰਾ ਰੋਡ ਆ, ਜੀਰਾ ਰੋਡ ਦੇ ਵਿਚਾਲੇ ਮੰਡੀ ਦਾ ਰੋਡ ਆ ਜਿਹੜਾ ਹਾਈਵੇ ਰੋਡ ਨੂੰ ਮਿਲਾਉਂਦਾ ਹੈ, ਕੀ ਸਮਝਦਾ ਵੀ ਇਹ ਪਰਚੀ ਜਾਇਜ਼ ਹੈ? ਮੈਂ ਇਹ ਗੱਲ ਕਹਿਣਾ ਬਾਈ ਜੀ, ਅਸੀਂ ਗੁੰਡਾ ਟੈਕਸ ਦਾ ਨਾਂ ਦੇਣ ਤੇ ਕਿਉਂ ਮਜਬੂਰ ਹੋ ਗਏ? ਇਹ ਇੱਕ ਗੁੰਡਾ ਟੈਕਸ ਆ ਕਿ ਸੜਕ ਲੰਘਣ ਵਾਲਿਆਂ ਤੋਂ ਟੈਕਸ ਲਿਆ ਜਾਂਦਾ? ਮੈਂ ਗੱਲ ਪੁੱਛਣੀ ਚਾਹੁੰਦਾ ਇੱਥੋਂ ਦੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਿ ਤੁਹਾਡੀ ਅੱਖ ਥੱਲੇ ਐਡਾ ਧੱਕਾ ਹੋ ਰਿਹਾ ਸੀ, ਆਪਣਾ ਪ੍ਰਸ਼ਾਸਨ ਮੋਗੇ ਦਾ ਕਿੱਥੇ ਸੀ, ਇੱਥੋਂ ਦੀ ਲੋਕਲ MLA ਕਿੱਥੇ ਸੀ, ਇੱਥੋਂ ਦਾ ਜਿਹੜਾ ਪੂਰਾ ਸਟਾਫ ਇੱਥੇ ਬਹਿੰਦਾ ਉਹ ਕਿੱਥੇ ਸੀ? ਇਹ ਜ਼ਿੰਮੇਵਾਰ ਇਕੱਲਾ ਠੇਕੇਦਾਰ ਨਹੀਂ, ਇਹਦੇ ਮਗਰ ਵੱਡੀਆਂ ਤਾਕਤਾਂ ਏ। ਜਿੰਨੀ ਦੇਰ ਤੱਕ ਇਸ ਠੇਕੇਦਾਰ ਦੀ ਠੇਕੇਦਾਰੀ ਖਤਮ ਨਹੀਂ ਕੀਤੀ ਜਾਂਦੀ ਤਾਂ ਸਰਕਾਰੀ ਰੇਟਾਂ ਮੁਤਾਬਕ ਸਹੀ ਪਰਚੀ ਦੇ ਕੇ ਨਵਾਂ ਠੇਕੇਦਾਰ ਨਹੀਂ ਲਿਆਂਦਾ ਜਾਂਦਾ, ਅਤੇ ਜਿੰਨੀਆਂ ਇਹਨੇ ਪਰਚੀਆਂ ਕੱਟੀਆਂ ਏ ਉਹਦਾ 10 ਗੁਣਾ ਜੁਰਮਾਨਾ ਕਰਕੇ ਇਹਨਾਂ ਕੁਰਤੀ ਲੋਕਾਂ ਨੂੰ ਨਹੀਂ ਮੋੜਿਆ ਜਾਂਦਾ। ਉਨੀ ਦੇਰ ਤੱਕ ਬਾਈ ਅਸੀਂ ਸੰਘਰਸ਼ ਬੰਦ ਨਹੀਂ ਕਰ। ਅਸੀਂ ਯੂਜ਼ਸ ਚਾਰਜਸ ਦਾ ਠੇਕਾ ਲਿੱਤਾ ਹੈ, ਯੂਜ਼ਸ ਚਾਰਜਸ ਦਾ ਠੇਕਾ ਲਿੱਤਾ ਹੋਇਆ। ਅਸੀਂ ਪਹਿਲੀ ਗੱਲ ਤਾਂ ਜਿਹਨੇ ਲੰਘਣਾ ਵਾ ਉਹਨਾਂ ਨੂੰ ਬੇਨਤੀ ਪੂਰਵਕ ਦੱਸੀਦਾ ਬਾਈ ਜੀ, ਜੇ ਤਾਂ ਲੋਡ ਖਾਲੀ ਗੱਡੀ ਦਾ ਕੋਈ ਪਰਚੀ ਨਹੀਂ ਕੱਟੀ ਜਾਂਦੀ, ਜੇ ਤੁਸੀਂ ਗੱਡੀ ਲੈ ਕੇ ਜਾਣੀ, ਲੋਡ ਗੱਡੀ ਲੈ ਕੇ ਜਾਣੀ ਆ, ਬਿਲਕੁਲ ਨਾਲ ਨਹਿਰੂ ਨਹਿਰ ਰਸਤਾ ਉੱਧਰ ਹੀ ਜਾਵੜੋ, ਬੇਨਤੀ ਪੂਰਵਕ ਹਰੇਕ ਨੂੰ ਦੱਸਿਆ ਜਾਂਦਾ ਵਾ। ਉਸ ਤੋਂ ਬਾਅਦ 'ਚੋਂ ਇਹ ਕਹਿੰਦੇ ਬਾਈ ਜੀ ਅਸੀਂ ਲਾਉਣੀ ਆ ਮੰਡੀ ਵਿੱਚ। ਮੈਂ ਕਿਹਾ ਤੁਸੀਂ ਜੇ ਰੈਗੂਲਰ ਰੋਜ਼ ਕਰੋਸਿੰਗ ਕਰਨੀ ਆ, ਜੇ ਤੁਸੀਂ ਮੰਡੀ ਲਾਉਣੀ ਆ, ਰੈਗੂਲਰ ਰੋਜ਼ ਗੱਡੀਆਂ ਆਉਣੀਆਂ ਨਾ, ਕੰਡੇ ਦੇ ਨਾਲ ਦਫ਼ਤਰ ਆ, ਮੇਥੋਂ ਮੈਂ ਪਾਸ ਬਣਵਾ ਦਿੰਦਾ। ਬਟ ਜੇ ਨਜਾਇਜ਼ ਆਪਾਂ ਕਹਾਂਗੇ ਸਰਕਾਰਾਂ ਨੇ ਇਹ ਕਰਤਾ, ਇੱਕ ਮਿੰਟ ਬਾਈ, ਸਿਰਫ ਇੱਕ, ਅਸੀਂ ਆਹ ਕਰਤਾ, ਮੈਂ ਆਇਆ, ਮੈਂ ਸਿਰਫ ਇਹ ਗੱਲ ਕਹੀ, ਤੁਹਾਡੀ ਗੱਡੀ ਜਿਨ੍ਹਾਂ ਦੀ ਰੈਗੂਲਰ ਆਉਣੀ ਆ, ਜੇ ਸਿਰਫ ਲਾਉਣੀ ਮੰਡੀ ਵਿੱਚ ਆ ਜਾਂ ਕਰੋਸਿੰਗ ਦੀ ਆ, ਉਹਦਾ ਮੈਂ ਪਾਸ ਬਣਾ ਦੂੰਗਾ। ਬਿਨਾਂ ਪੈਸਿਆਂ ਤੋਂ ਪਾਸ ਬਣੂਗਾ, ਬਿਨਾਂ ਪੈਸਿਆਂ ਤੋਂ ਗੱਡੀ ਲੰਘੂ।
ਬਟ ਉਹ ਚੀਜ਼ ਦਾ ਹੱਲ ਆ। ਬਟ ਜੇ ਤੁਸੀਂ ਕਹੋਗੇ ਨਜਾਇਜ਼ ਜੀ ਇਹ ਵੀ ਗਲਤ ਆ ਉਹ ਵੀ ਉਹ ਚੀਜ਼ ਦਾ ਹੱਲ ਨਹੀਂ ਹੁੰਦਾ। ਨਹੀਂ ਨਹੀਂ ਮਾਫੀ ਚਾਹੂੰਗਾ। ਕਮਰਸ਼ੀਅਲ ਇੱਕ ਚੀਜ਼ ਨੂੰ ਤੁਸੀਂ ਅੰਦਰੋਂ ਕਨਫਰਮ ਕਰ ਲਿਓ, ਕਮਰਸ਼ੀਅਲ ਵਹੀਕਲ ਨੂੰ ਯੂਜਸ ਚਾਰਜਸ ਲੱਗਦੇ ਆ। ਉਹਦੇ ਵਿੱਚ ਵੀ ਮੈਂ ਇਹ ਗੱਲ ਕਹਿਣਾ ਜਿਹਨੇ ਰੈਗੂਲਰ ਲੰਘਣਾ ਕਰਨਾ, ਕਰੋਸਿੰਗ ਕਰਨੀ, ਉਹਨਾਂ ਮੈਂ ਪਾਸ ਦੇ ਦਿੰਦਾ। ਮੈਂ ਤਾਂ ਇਹੀ ਹੱਲ ਕਰ ਸਕਦਾ ਨਾ, ਕਿਸੇ ਦਾ ਨੁਕਸਾਨ, ਕਿਸੇ ਦਾ ਨਿੱਕੇ ਪੈਸੇ ਦਾ ਨੁਕਸਾਨ ਨਾ ਹੋਵੇ। ਬਟ ਜੀ ਆਪਾਂ ਨਜਾਇਜ਼ ਕਿਸੇ ਨੂੰ ਗਲਤ ਕਹੀ ਜਾਵਾਂਗੇ ਉਹ ਤਾਂ ਹੱਲ ਨਹੀਂ ਨਿਕਲਣਾ। ਗੱਲ ਚੀਜ਼ ਇਹ ਆ ਜਿਹੜੇ ਲੰਘਣੇ ਵੀ, ਇੱਕ ਮਿੰਟ ਸਿਰਫ, ਜਿਹੜੇ ਲੰਘਣੇ ਵੀ ਆ ਮੈਂ ਉਹਦਾ ਵੀ ਹੱਲ ਇਹੀ ਕੱਢਿਆ ਵਾ, ਜਿਨ੍ਹਾਂ ਨੇ ਰੈਗੂਲਰ ਲੰਘਣਾ ਵਾ ਉਹਨਾਂ ਵਾਸਤੇ ਪਾਸ ਜਾਰੀ ਕੀਤਾ ਜਾਊਗਾ। ਸਾਡੇ ਕੰਮ 'ਚ ਵੀ ਦਿੱਕਤ ਨਾ ਆਵੇ, ਅਗਲੇ ਨੂੰ ਵੀ ਪਰੇਸ਼ਾਨੀ ਨਾ ਆਵੇ। ਹਰ ਚੀਜ਼ ਦਾ ਬਾਈ ਜੀ ਹੱਲ ਹੁੰਦਾ। ਜੇ ਆਪਾਂ ਕਹਿ ਦਾਂਗੇ ਝੰਡੇ ਚੱਕਾਂਗੇ ਕਿ ਬਈ ਕਿਸੇ ਨੂੰ ਗਲਤ ਸਾਬਿਤ, ਦੇਖੋ 100 ਵਾਰੀ ਕਹਿ ਕੇ ਗਲਤ ਸਾਬਿਤ ਨਹੀਂ ਕੀਤਾ ਜਾਣਾ। ਜਦ ਮੈਂ ਹਰ ਚੀਜ਼ ਦਾ ਹੱਲ ਕੱਢਣ ਨੂੰ ਬੈਠਾ, ਮੈਂ ਧੁੱਪ 'ਚ ਇਹ ਬਾਈ ਜੀ ਆਏ, ਧੁੱਪ 'ਚ ਮੈਂ ਆਇਆ, ਮੈਂ ਸਤਿਕਾਰ ਕਰਦਾ, ਇੱਥੇ ਸਾਰੇ ਲੋਕਾਂ ਦਾ ਟਾਈਮ ਖਰਾਬ ਹੋਇਆ। ਬਟ ਮੈਂ ਫਿਰ ਵੀ ਇੱਕੋ ਗੱਲ ਕਹੀ ਸੀ ਆਉਂਦੀ, ਮੈਂ ਕਿਹਾ ਬਾਈ ਜੀ ਜੇ ਤਾਂ ਗੱਡੀ ਲੈਣੀ ਮੰਡੀ, ਠੀਕ ਹੈ, ਉਹਦੇ ਤਾਂ ਕੋਈ ਹੈ ਹੀ ਨਹੀਂ, ਜੇ ਕਰੋਸਿੰਗ ਵੀ ਕਰਨੀ ਆ ਉਹਦੇ ਵਾਸਤੇ ਵੀ ਮੈਂ ਹੱਲ ਕਰਕੇ ਦਊਂਗਾ, ਪਾਸ ਦੇ ਦਿਉ। ਹੁਣ ਠੇਕੇਦਾਰ ਹੋਰ ਕੀ ਕਰ ਸਕਦਾ।